ਹਾਏ ਵੇ ਮੇਰੇ ਉੱਤੇ ਨੇਕਾਂ ਤੋਂ ਲੱਗਦੇ ਨੀ ਮੈਂ ਚੰਨਣ ਹਟਾ ਤੇ ਮਿੱਠੀਏ ਹੋ ਬੋਲਟਾ ਪਿਆਰਿਆ ਤੈਨਾਂ ਟਾਈਮ ਸਾਰਿਆ ਉਹ ਯਾਦ ਤਾਂ ਤੂੰ ਵੀ ਕਰਦਾ ਹੋਵੇਗਾ ਕਨਵਰ ਨੇ ਕਦੇ ਗੇੜਾ ਵੀ ਨਹੀਂ ਮਾਰਿਆ ਹੁਣ ਤੂੰ ਬਾਈ ਬਣ ਕੇ ਐਂ ਦੱਸ ਤੈਨੂੰ ਮੇਰੇ 'ਤੇ ਗੁੱਸਾ ਤਾਂ ਨਹੀਂ ਆ ਰਿਹਾ ਬੋਲਟਾ ਪਿਆ ਰਿਹਾ ਕੋਠੀ 'ਤੇ ਪੈਸਾ ਤਾਂ ਬਹੁਤ ਲਾ ਰਿਹਾ ਪਰ ਜ਼ਿੰਦਗੀ ਵਿੱਚ ਸਕੂਨ ਨਹੀਂ ਆ ਰਿਹਾ ਹੁਣ ਤੂੰ ਬਾਈ ਬਣ ਕੇ ਐਂ ਦੱਸ ਤੇਰਾ ਕਿਆ ਵਿਚਾਰ ਆ ਕੈਂਡੀ ਓ ਕੈਂਡੀ ਹਾਂਜੀ ਤੈਨੂੰ ਸੁਣਦਾ ਨਹੀਂ ਹੈਗਾ ਕਿਆ ਗੱਲ ਹੋ ਗਈ ਜੀ ਅੱਧਾ ਘੰਟਾ ਹੋ ਗਿਆ ਤੈਨੂੰ ਹਾਕਾ ਮਾਰਦੇ ਨੂੰ ਕਿਆ ਗੱਲ ਕਿਆ ਹੋ ਗਈ ਗੱਲ ਤਾਂ ਦੱਸੋ ਉਹ ਚੱਲ ਬੈਠ ਇੱਥੇ ਆਪਾਂ ਕੋਠੀ ਬਾਅਦ 40-50 ਲੱਖ ਰੁਪਇਆ ਦਾ ਲਾਤਾ ਹਾਂਜੀ ਹੁਣ ਇਹਦੇ ਮੈਂ ਨੁਕਸ ਕੱਢ ਕੇ ਠੀਕ ਕਰਾਉਣਾ ਆਪਾਂ ਸਾਰਾ ਦਿਨ ਤਾਂ ਇਹ ਕੋਠੀ ਰਹਿੰਦਾ ਮੈਂ ਨੁਕਸ ਤਾਂ ਕੋਈ ਨਹੀਂ ਆਪਣੀ ਕੋਠੀ 'ਚ ਉਹ ਹੁਣ ਬਾਈ ਜੇ ਕੱਲ੍ਹ ਨੂੰ ਕੋਈ ਮੰਤਰੀ ਆ ਗਿਆ ਉਹਨੇ ਨੁਕਸ ਕੱਢਤਾ ਕੋਠੀ 'ਚ ਆਪਣਾ ਤਾਂ ਮਰਨ ਹੋ ਜੂਗਾ ਕੋਈ ਨੁਕਸ ਨਹੀਂ ਹੈ ਹੁਣ ਤੂੰ ਐਂ ਕਰ ਚੁੱਪ ਕਰ ਪਹਿਲਾਂ ਤਾਂ ਪਹਿਲਾਂ ਗੇੜਾ ਮਾਰ ਕੇ ਆ ਕੋਠੀ ਦਾ ਕੋਈ ਨੁਕਸ ਕੱਢ ਕੋਠੀ 'ਮਾਂ ਇਹ ਤਾਂ ਮੇਰੀ ਗਰੰਟੀ ਜੀ ਨੁਕਸ ਤਾਂ ਕੋਈ ਨਹੀਂ ਜੀ ਹੈ ਉਹ ਤੈਨੂੰ ਸੁਣਦਾ ਨਹੀਂ ਆਇਆ ਗੇੜਾ ਮਾਰ ਗਿਆ ਚਲੋ ਮੈਂ ਕਾਫੀ ਤੁਹਾਡੇ ਕਹਿਣ ਨੂੰ ਜਾਇਆ ਹੁੰਦਾ ਜੀ ਹਾਂ ਗੇਟ ਵੀ ਲੋਟ ਹੈ ਦਰਵਾਜ਼ਾ ਬੜਾ ਸੁੱਚਾ ਵੀ ਹੈ ਲੋਟ ਹੈ ਪੇਂਟ ਵੀ ਸੜਿਆ ਹੈ ਲੋਟ ਹੈ ਝੂਮਰ ਵੀ ਸੜਿਆ ਹੈ ਸੈੱਟ ਹੈ ਸਰਪੰਚ ਦਾ ਪਤਾ ਨਹੀਂ ਸੜਿਆ ਕਿਆ ਦਿਮਾਗ ਖਰਾਬ ਹੋਇਆ ਵਾ ਸਾਰਾ ਕੁਝ ਸਾਡਾ ਲੋਟ ਹੈ ਸਾਰਾ ਕੁਝ ਤਾਂ ਲੋਟ ਹੈ ਸਾਰਾ ਕੁਝ ਸੈੱਟ ਹੈ ਸਰਪੰਚ ਦਾ ਪਤਾ ਨਹੀਂ ਸੜਿਆ ਕਿਆ ਦਿਮਾਗ ਖਰਾਬ ਹੋਇਆ ਵਾ ਸਾਰਾ ਕੁਝ ਲੋਟ ਹੈ ਸਾਰਾ ਕੁਝ ਤਾਂ ਲੋਟ ਹੈ ਸਾਡਾ ਟੈਡਾ ਵੀ ਹੈ ਚਮਚਮਾਉਂਦੀਆਂ ਚਿਮਨੀ ਵੀ ਸਾਲ ਦੇ ਪੂਰੀਆਂ ਨੇ ਮਹਿੰਗੀ ਲਾਈ ਸੱਤ ਬੋਰਡ ਦੀ ਸਾਲ ਦੇ ਪੱਟੇ ਕਿਤੇ ਪਏ ਆ ਪਤਾ ਨਹੀਂ ਸਾਲ ਦਾ ਕਿਆ ਦਿਮਾਗ ਖਰਾਬ ਹੋ ਹਾਂ ਫਿਰ ਨਿਕਲਿਆ ਕੋਈ ਨੁਕਸ ਮੈਂ ਤਾਂ ਜੀ ਸਾਰੀ ਕੋਠੀ ਪੋਤੀ ਕੋਈ ਨੁਕਸ ਨਹੀਂ ਜੀ ਨਿਕਲਿਆ ਹੈ ਉਹ ਤੈਨੂੰ 2 ਦਿਨ ਦਰਬੜੇ ਨੂੰ ਹੋ ਗਏ ਤੇ ਹੁਣ ਤੱਕ ਇੱਕ ਨੁਕਸ ਨਹੀਂ ਨਿਕਲਿਆ ਹੈ ਮੈਂ ਕਿਆ ਕਰਾਂ ਜੀ ਕੋਈ ਨੁਕਸ ਹੈ ਹੀ ਨਹੀਂ ਮੈਂ ਤਾਂ ਸਾਰੀ ਕੋਠੀ ਫੋਲਤੀ ਜੀ ਉਹ ਤੇ ਇੱਕ ਕੰਮ ਨਹੀਂ ਹੁੰਦਾ ਚੱਜ ਨਾਲ ਤੈਨੂੰ ਪਤਾ ਨਹੀਂ ਆ ਮੇਰਾ ਫਿਰ ਜਦ ਕੋਈ ਨੁਕਸ ਹੈ ਹੀ ਨਹੀਂ ਜੀ ਮੈਂ ਦੱਸੋ ਕਿਆ ਕਰਾਂ ਸਾਰੀ ਕੋਠੀ ਵਿੱਚ ਚੱਪਾ ਚੱਪਾ ਫੋਲਤਾ ਜੀ ਮੈਨੂੰ ਤਾਂ ਕੋਈ ਨੁਕਸ ਨਹੀਂ ਜੀ ਲੱਭਿਆ ਉਹ ਤੂੰ ਮੈਂ ਤੇ ਖਾ ਖੂ ਨਾ ਲਈ ਤੈਨੂੰ ਸਾਫ ਜੀ ਗੱਲ ਦੱਸਤੀ ਜੇ ਤੁਹਾਡਾ ਵਹਿਮ ਹੈ ਤੁਹਾਡਾ ਵਹਿਮ ਵੀ ਜੀ ਕੱਢ ਦਿੰਦੇ ਪਿੰਡ ਮੈਂ 3 ਬੰਦੇ ਹੈ ਉਹਨਾਂ ਨੂੰ ਲੰਗੋਚੀ ਕਹਿੰਦੇ ਹੈ ਉਹਨਾਂ ਨੇ ਕੋਈ ਨਾ ਕੋਈ ਲੰਗੋਚ ਜ਼ਰੂਰ ਕੱਢੇ ਦੇਣਾ ਮੈਂ ਕੱਲ ਨੂੰ ਉਹਨਾਂ ਨੂੰ ਲਿਆਉਂਗਾ ਜੀ ਚੱਲ ਫਿਰ ਮੇਰੀ ਵੀ ਗੱਲ ਸੁਣ ਲੈ ਇੱਕ ਕੰਨ ਖੋਲ ਕੇ ਠੀਕ ਆ ਹਾਂਜੀ ਦੱਸੋ ਜੀ ਜੇ ਕਿਸੇ ਨੇ ਮੇਰੀ ਕੋਠੀ 'ਮਾਂ ਨੁਕਸ ਕੱਢਦਾ ਉਹਨੂੰ 50,000 ਰੁਪਇਆ ਨਾਮ ਮੈਂ ਆਪ ਦਊਗਾ ਆਪਣੇ ਪੱਲੇ ਤੋਂ ਠੀਕ ਆ ਉਹ ਤਾਂ ਹੀ ਚੰਗੇ ਪਰੇ ਮੈਂ ਕੱਢ ਦਿੰਦੇ ਹਰੇਕ ਮੈਂ ਉਹਨੇ ਕੱਢਣੇ ਕੱਢਣ ਲੰਗੋਚ ਜੀ ਮੈਂ ਕੱਲ ਬਾ ਉਹਨਾਂ ਨੂੰ ਬੁਲਾ ਕੇ ਲਿਆ ਸੱਦ ਉਹਨਾਂ ਨੂੰ ਕੱਲ ਆਪਣੀ ਕੋਠੀ 'ਮਾਂ ਲੰਗੋਚੀ ਪੱਕੇ ਆ ਜੀ ਉਹ ਕੁੰਪੇ ਪੂਰੇ ਪਿੰਡ ਬਾ ਠੀਕ ਆ ਠੀਕ ਆ ਹੁਣ ਪੱਕਦਾ ਹੋਰ ਇਹਦੇ ਲੈ ਵੀ ਮੰਨ ਲੈ ਆ ਬੈਠੇ ਆਪਾਂ ਗੋਆ ਬੀਚ ਪਰ ਅੱਜ ਮੰਨ ਲਿਆ ਬਾਈ ਉਹੀ ਮੰਨ ਲਿਆ ਗੋਆ ਬੀਚ ਪਰ ਬੈਠੇ ਬਾਈ ਨਾਲੇ ਕਹੀ ਜਾਂਦਾ ਇਹ ਮੰਨ ਲੈ ਨਾ ਗੋਆ ਬੀਚ ਪਰ ਬੈਠੇ ਆ ਪਹੁੰਚ ਗਏ ਗੋਆ ਮੰਨ ਗੋਆ ਬੀਚ ਪਰ ਬੈਠੇ ਆ ਮੰਨ ਲਿਆ ਬਾਈ ਮੰਨ ਲਿਆ ਹਾਂ ਵੈਰੀ ਗੁੱਡ ਆ ਦੁੱਧ ਵਾਲੇ ਦਾ ਘਰ ਹੈ ਆ ਮੈਂ ਨਹੀਂ ਮੰਨਦਾ ਤੇਰੀ ਉਹ ਮੰਨ 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 ਮਨ ਦੁੱਧ ਵਾਲਾ ਤੂੰ ਸਾਲਾ ਹੱਥਾਂ ਓਏ ਚੁੱਪ ਲੜਨਾ ਨਹੀਂ ਮਨ ਤੂੰ ਮਨ ਬਈ ਆਹ ਦੁੱਧ ਦਾ ਘਰ ਹੈ ਦੁੱਧ ਵਾਲਾ ਦਾ ਘਰ ਹੈ ਚੱਲ ਮੰਨ ਲਿਆ ਫਿਰ ਹਾਂ ਵੈਰੀ ਗੁੱਡ ਅੱਜ ਦੁੱਧ ਦੀ ਵਾਰੀ ਤੇਰੀ ਹੈ ਖੜਾ ਹੋ ਕੇ ਬਾਈ ਮੇਰੀ ਨਹੀਂ ਹੈਗੀ ਇਹਦੀ ਹੈ ਉਹ ਮੈਂ ਤੇ ਨਾ ਚੱਪ ਥਪੇੜੇ ਨਾ ਖਾ ਲਈ ਤੂੰ ਤੂੰ ਮਾਰ ਦੂੰਗਾ ਸਾਲਾ ਇਹਨੂੰ ਡੋਲੂ ਚੱਕ ਕੇ ਲੰਘ ਜਾ ਬਾਈ ਇਹਦੀ ਹੈ ਮੈਂ ਪਿਛਲੀ ਵਾਰ ਦੇ ਕੇ ਨਹੀਂ ਆਇਆ ਚੱਲ ਤੂੰ ਚੱਲ ਨਹੀਂ ਚੱਲ ਕਾਹਤੇ ਜਾਵਾਂ ਪਾਪੇ ਵਾਲਾ ਰਾਜ ਦੁੱਧ ਲੈ ਕੇ ਆਓ ਮੈਂ ਮੂੰਹ ਤਾਂ ਮੈਂ ਤਾਂ ਅੱਜ ਜਾਣਾ ਨਹੀਂ ਹੈਗਾ ਕਾਹਤੇ ਬਾਈ ਤੂੜੀ ਸੀ ਲੱਗਿਆ ਮੈਂ ਜਾਣਾ ਨਹੀਂ ਕਦਨ ਨੂੰ ਔਖਾ ਹੁੰਦਾ ਤੂੰ ਥੱਪੜ ਮਾਰਿਆ ਕਮਾ ਕੇ ਨਾ ਪਿੱਛੇ ਗੇਰ ਦੂ ਗੱਲ ਸੁਣ ਲੈ
ਉਹ ਮੈਂ ਨਹੀਂ ਹੋ ਜਾਣਾ ਫੁੱਟੋਲੂ ਚੱਕ ਲੈ ਡੱਡੀ ਪੈ ਜਾ ਨਹੀਂ ਆਣਾ ਉਹ ਕਿਆ ਨਹੀਂ ਆਣਾ ਉਹ ਗੱਲ ਤੋੜ ਕਰੀ ਜਾਂਦਾ ਤੇਰਾ ਗੱਲ ਸੁਣੋ ਮੇਰੀ ਉਹ ਕਿਹੜਾ ਉਹ ਖੁਦ ਸਰਪੰਚ ਨੇ ਬਣਾਇਆ ਕਿਆ ਸਰਪੰਚ ਨੇ ਹਾਂ ਬੈਠੋ ਪਹਿਲਾਂ ਬੈਠ ਬੈਠ ਬੈਠਣਾ ਪੂਣਾ ਨਹੀਂ ਤੈਨੂੰ ਦੱਸ ਸਰਪੰਚ ਨੇ ਬੁਲਾਇਆ ਉਹਨੇ 50,000 ਰੁਪਏ ਦਾ ਨਾਮ ਰੱਖਿਆ ਉਹਦੀ ਕੋਠੀ ਵਿੱਚ ਤੇ ਕਮੀਆਂ ਲੱਭਣੀਆਂ ਲੈ ਤੁਸੀਂ ਨੰਬਰ 1 ਲਗਾਓ ਜੀ ਪਿੰਡ ਦੇ ਮੈਂ ਤੁਹਾਨੂੰ ਤਾਂ ਬੁਲਾਉਣਾ ਆਇਆ ਤੰਨੇ ਭਾਈਆਂ ਨੂੰ ਅੱਛਾ ਜੇ ਤੁਸੀਂ ਲਗਾਓ ਚ ਕੱਢਤੀ ਕਿ 50,000 ਵੱਟ ਪਰ ਪਿਆ ਮੇਰੀ ਗੱਲ ਸੁਣ ਜੇ ਉਹਨੇ 50,000 ਸਾਨੂੰ ਨਾ ਦਿੱਤਾ ਫੇਰ ਗਰੰਟੀ ਆ ਤੁਹਾਨੂੰ ਮੈਂ ਗਰੰਟੀ ਨਹੀਂ ਦਿੰਦਾ ਮੈਨੂੰ ਕਿਹਾ ਸਰਪੰਚ ਜੀ ਨੇ ਮੰਨ ਲਿਆ ਅਸੀਂ ਮੰਨ ਲਿਆ ਹੱਟ ਯਾਰ ਉਹਨੇ ਬੁਲਾਇਆ ਤੇ ਗਿਆ ਪੈਸ਼ਨ ਮੈਨੂੰ ਭੇਜਿਆ ਵੀ ਇਹਨਾਂ ਨੂੰ ਲੈ ਕੇ ਆ ਤਿੰਨਾਂ ਨੂੰ ਉਹ ਅਸੀਂ ਨਹੀਂ ਮੰਨਦੇ ਹੈਗੇ ਯਾਰ ਉਹ ਯਾਰ ਮੈਂ ਤੁਹਾਨੂੰ ਗਰੰਟੀ ਦਿੰਦਾ ਜਾਂ ਦੁੱਧ ਦੇ ਗਿਆ ਤੂੰ ਸਾਲਿਆ ਤੂੰ ਛੱਡ ਤੂੰ ਉਹ ਤੁਸੀਂ ਛੱਡੋ ਤੂੰ ਜਾ ਜਾ ਉਹ ਸੁੱਚਾ ਵੀ ਠੀਕ ਹੈ ਉਹ ਪੱਖਾ ਵੀ ਸੈੱਟ ਹੈ ਉਹ ਟਾਈਮ ਪੀਸ ਵੀ ਸੈੱਟ ਹੈ ਉਹ ਲਾਈਟਾਂ ਵੀ ਸੈੱਟ ਹੈ ਹਾਂ ਵੀ ਮੁੰਡਿਆ ਲੱਭਿਆ ਕੋਈ ਨੁਕਸ ਬਾਕੀ ਸਭ ਕੁਝ ਤਾਂ ਠੀਕ ਹੈ ਜੀ ਆ ਜਿਹੜੇ ਦਰਵਾਜ਼ੇ ਆ ਨਾ ਚੜਾਈ ਬਹੁਤ ਘੱਟ ਹੈ ਇਹਨਾਂ ਦੀ ਉਹ ਤੇਰੇ ਅੱਖਾਂ ਹੈਗੇ ਬਟਨ ਆ ਪਹਿਲਾਂ ਧਿਆਨ ਨਾਲ ਦੇਖ ਦਰਵਾਜ਼ੇ ਕਿੱਡੇ ਚੌੜੇ ਚੌੜੇ ਲਾਏ ਹੋਏ ਆ ਸੁਣੋ ਜੀ ਜੇ ਕੱਲ ਨੂੰ ਤੁਸੀਂ ਮਰ ਗਏ ਤੁਹਾਡਾ ਢਿੱਡ ਇੱਥੇ ਦੇ ਇੱਥੇ ਆਣਾ ਫੇਰ ਤੁਹਾਨੂੰ ਕੱਢੂਗੇ ਕਿਵੇਂ ਉਹ ਤੂੰ ਕਿਆ ਬਕਵਾਸ ਮਾਰਦਾ ਓਏ ਕੈਂਟੀ ਓਏ ਫੜਕੇ ਬੰਦੀ ਨੂੰ ਅੰਦਰ ਲਾਡੇ ਗੁੱਗਾ ਬਣਾਵਾਂਗੇ ਨਾ ਬੰਦਿਆ ਤੇ ਨਹੀਂ ਬੰਦ ਕਰ ਇਹਨੂੰ ਸਾਲੇ ਨੂੰ ਬੁੱਲੂ ਸਵੇਰ ਦਾ ਗਿਆ ਵਾ ਹੁਣ ਤੱਕ ਨਹੀਂ ਆਇਆ ਨਹੀਂ ਹੈਗਾ ਕੀ ਗੱਲ ਹੋ ਗਈ ਸਵੇਰ ਦਾ ਗਿਆ ਵਾ ਉਹਨੂੰ ਯਾਰ ਸਰਪੰਚ ਨੇ ਫੜਤਾ ਨਹੀਂ ਲਿਆ ਮੈਂ ਕਹਿੰਦਾ ਜਾ ਕੇ ਆਵਾਂ ਯਾਰ ਮੈਂ ਸਰਪੰਚ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਉਹ ਭਾਈ ਆਇਆ ਹੁਣਾ ਜੀ ਮੇਰਾ ਛੋਟਾ ਕਿਹੜਾ ਭਾਈ ਗੁੱਲੂ ਉਹਨੂੰ ਬੰਨ ਕੇ ਰੱਖਿਆ ਬਾਂਦਰ ਉਹਨੇ ਬੋਲਣ ਦੀ ਗੱਲ ਨਹੀਂ ਹੈਗੀ ਕੀ ਗੱਲ ਹੋ ਗਈ ਜੀ ਉਹ ਮੇਰੇ ਢਿੱਡ ਬਾਰੇ ਬੋਲੀ ਜਾਂਦਾ ਸਾਲਾ ਐਡਾ ਕਿੱਡਾ ਢਿੱਡਾ ਦੇ ਛੋਟਾ ਜਿਹਾ ਤਾਂ ਹੈਗਾ ਏ ਤਾਂ ਹੈ ਉਹ ਜੀ ਹਾਂ ਜੀ ਮੈਨੂੰ ਕਹਿੰਦਾ ਜੇ ਤੂੰ ਮਰ ਗਿਆ ਢਿੱਡ ਤੇਰਾ ਐਡਾ ਫੁੱਲ ਜਾਣਾ ਕਹਿੰਦਾ ਤੈਨੂੰ ਬਾਹਰ ਕਿਵੇਂ ਕੱਢੂਗੇ ਫਿਰ ਤੁਹਾਡੇ ਘਰ ਕੋਠੀ ਰੇ ਉਹ ਦਰਵਾਜ਼ੇ ਤੰਗ ਬਕਵਾਸ ਮਾਰਦਾ ਰਾਤ ਨੂੰ ਮੁਰਗਾ ਬਣਨਾ ਉਹਦਾ ਤਾਂ ਹੁਣ ਤੈਨੂੰ ਦੱਸਦਾ ਘਰੇ ਦੱਸ ਰਹੀ ਆਪਣੇ ਸੁਨੇਹਾ ਭਜਾ ਦੀ ਤੂੰ ਸਰਪੰਚ ਸਾਹਿਬ ਦਿਮਾਗ ਖਰਾਬ ਕਰਿਆ ਵਾ ਉਹਨੇ ਮੇਰੀ ਗੱਲ ਸੁਣ ਲਾ ਤੂੰ ਉਹ ਤੁਸੀਂ ਕਿਹਦੀਆਂ ਗੱਲਾਂ ਜਾ ਕੇ ਉਹਦਾ ਫੁੱਦੂ ਬੰਦਾ ਜੀ ਵੀ ਸਿਰੇ ਦਾ ਉਦੋਂ ਫਾਦੋਂ ਨਹੀਂ ਪਤਾ ਰਾਤ ਨੂੰ ਉਹਦੇ ਲੱਗ ਪੀਸ ਮੈਂ ਆਪਣੇ ਭਈਏ ਨੂੰ ਖਿਲਾ ਦੇਣੇ ਉਹਦੇ ਕਰਕੇ ਤਾਂ ਯਾਰ ਪਿੰਡ 'ਚ ਬਦਨਾਮ ਹੈ ਜੀ ਫੁੱਦੂ ਬੰਤਾ ਜੀ ਉਹ ਤਾਂ ਜਮੀ ਚੁਗਲਖੋਰ ਹੈ ਸਾਲਾ ਵੈਸੇ ਸਰਪੰਚ ਸਾਹਿਬ ਤੁਹਾਨੂੰ ਗੱਲ ਦੱਸਾਂ ਇੱਕ ਹਾਂ ਬੋਲ ਵੈਸੇ ਉਹ ਆਪਣੀ ਜਗ੍ਹਾ ਠੀਕ ਤਾਂ ਉਹ ਹੁਣ ਜੇ ਤੁਸੀਂ ਮਾਰ ਦੂਗੇ ਹੁਣ ਹਾਂ ਹੁਣ ਤੁਹਾਡਾ ਢਿੱਡ ਐਡਾ ਹੋ ਜਾਣਾ ਉਹ ਤੁਸੀਂ ਦੋਏ ਭਾਈ ਮੈਨੂੰ ਮਾਰਨ ਦੇ ਤੋਰੇ ਪਿਆ ਓਏ ਗੱਲ ਤਾਂ ਸੁਣੋ ਜੀ ਹੁਣ ਤੁਸੀਂ ਉਹਦਾ ਕਹਿਣਾ ਮਤਲਬ ਹੈ ਵੀ ਤੁਸੀਂ ਇਹਦਾ ਖੁੱਲ ਜੂਗੇ ਮਰ ਜੂਗੇ ਤੁਸੀਂ ਢਿੱਡ ਐਡਾ ਢਿੱਡ ਮੈਂ ਮਰੂਗਾ ਕਾਤੇ ਯਾਰ ਤੁਸੀਂ ਕਾਤੇ ਮਰਨ ਲੱਗੇ ਪਏ ਆ ਤੁਹਾਡਾ ਢਿੱਡ ਉਰੇ ਆ ਜਾਣਾ ਜੀ ਠੀਕ ਹੈ ਹਾਂ ਪਾਪਾ ਤੁਹਾਡੀਆਂ ਲੱਤਾਂ ਬਾਹਾਂ ਵੱਢ ਕੇ ਜੀ ਬਾਹਰ ਕੱਢ ਲਈ ਮੈਂ ਤੇਰਾ ਦਿਮਾਗ ਨਾ ਖਰਾਬ ਕਰ ਕੈਂਟੀ ਉਰੇ ਆ ਓਏ ਇਹਦਾ ਵੀ ਬੱਕਰਾ ਬਣਾ ਲਿਆ ਰਾਤ ਨੂੰ ਚਲੋ ਪਾਈਏ ਚੱਲ ਚੱਲ ਦੋਹੇ ਕਈ ਮੁੰਡੇ ਨਹੀਂ ਹੈਗੇ ਸਵੇਰ ਦਾ ਗਿਆ ਵਾ ਦੂਆ ਦੁਪਹਿਰ ਦਾ ਲੈ ਹੁਣ ਸ਼ਾਮ ਹੋ ਚੱਲੀ ਮੈਨੂੰ ਲੱਗਦਾ ਮੈਨੂੰ ਹੀ ਜਾਣਾ ਪੈਣਾ ਦੇਖਣਾ ਪੈਣਾ ਵੀ ਸਰਪੰਚ ਨੇ ਕਿਆ ਕਰਿਆ ਵਾ ਇਹ ਜਾ ਹੋਰ ਕਹਿੰਦੀ ਸਰਪੰਚ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਰਪੰਚ ਜੀ ਮੇਰੇ ਦੋ ਭਾਈ ਆਏ ਹੁਣ ਤੁਹਾਡੇ ਕੋਲ ਤੂੰ ਵੀ ਉਹਨਾਂ ਦਾ ਭਾਈ ਆ ਹਾਂਜੀ ਕਿਆ ਗੱਲ ਹੋ ਗਈ ਉਹਨਾਂ ਨੂੰ ਬੋਲਣ ਦੀ ਗੱਲ ਨਹੀਂ ਹੈਗੀ ਤੁਹਾਡੇ ਘਰ ਦੇ ਅਗਲ ਨਹੀਂ ਸਿਖਾਉਂਦੇ ਜਵਾਕਾਂ ਨੂੰ ਕਿਵੇਂ ਬੋਲਣਾ ਹੈ ਕਿਉਂ ਕਿਆ ਹੋ ਗਿਆ ਜੀ ਪਹਿਲਾਂ ਜਿਹੜਾ ਤੇਰਾ ਭਾਈ ਆਇਆ ਸਭ ਤੇ ਛੋਟਾ ਹਾਂਜੀ ਗੁੱਲੂ ਹਾਂ ਕਹਿੰਦਾ ਤੇਰਾ ਢਿੱਡ ਬਹੁਤ ਬੜਾ ਤੈਨੂੰ ਤਾਕੀ ਮਾਰੇ ਕਿੱਦਾਂ ਕਿਵੇਂ ਕੱਢੂਗੇ ਦਰਵਾਜ਼ੇ ਮਾਰੇ ਜਿੱਦਣ ਤੂੰ ਮਰ ਗਿਆ ਅੱਛਾ ਜੀ ਤੇ ਦੂਆ ਕਹਿੰਦਾ ਤੁਹਾਡੀਆਂ ਲੱਤਾਂ ਬਾਹਾਂ ਵੱਢ ਕੇ ਕੱਢ ਲੈਣਾ ਤੁਹਾਨੂੰ ਬਾਹਰ ਜਦ ਤੂੰ ਮਰ ਗਿਆ ਤੇਰੇ ਸੰਸਕਾਰ ਪਾ ਲੈ ਕੇ ਜਾਣ ਨੂੰ ਓਹੋ ਤੂੰ ਮੈਨੂੰ ਇਹਨਾਂ ਦੋਹਾਂ ਮਾਰੇ ਸਿਆਣਾ ਲੱਗਦਾ ਹੁਣ ਤੂੰ ਮੈਨੂੰ ਦੱਸ ਇਹ ਦੋਹੇ ਤੇਰੇ ਭਾਈ ਜਿਹੜੇ ਸਹੀ ਤੇ ਜਾਂ ਗਲਤ ਤੇ ਸਰਪੰਚ ਸਾਹਿਬ ਉਹਨਾਂ ਕਨੀ ਤੇ ਮੈਂ ਮਾਫੀ ਮੰਗਦਾ ਜੀ ਮੇਰੇ ਭਾਈ ਦਾ ਐ ਮੁਰਗਾ ਇੱਕ ਦਾ ਬੱਕਰਾ ਨਹੀਂ ਬਣਾਇਆ ਉਹਨਾਂ ਨੂੰ ਛੱਡ ਦੋ ਜੀ ਨਾ ਨਾ ਦੱਸ ਤਾਂ ਮੈਂ ਇੱਕ ਵਾਰ ਜਿਹੜੀ ਜ਼ਬਾਨ ਕਰਤੀ ਨਾ ਉਹ ਫਿਰ ਭਗਾ ਕੇ ਹਟਦਾ ਮੈਂ ਇਹ ਵੀ ਸਰਪੰਚ ਵਾਲੀ ਜ਼ਬਾਨ ਆ ਮੇਰੀ ਉਹ ਤਾਂ ਠੀਕ ਹੈ ਜੀ ਤੁਸੀਂ ਸਰਪੰਚ ਐ ਚਲੋ ਕਹਿੰਦੇ ਆ ਫਿਰ ਕਿਆ ਹੋ ਗਿਆ ਜੀ ਤੁੱਕਿਆ ਹੋਣ ਲੱਗਿਆ ਜੀ ਉਹ ਨਜਾਇਜ਼ ਬੋਲੀ ਜਾਂਦੇ ਕਿੱਡਾ ਕਿ ਢਿੱਡਾ ਮੇਰਾ ਦੇਖ ਲੈ ਨੀਗਾ ਜਾਂ ਢਿੱਡਾ ਮੇਰਾ ਹੈ ਸਰਪੰਚ ਸਾਹਿਬ ਹਾਂ ਨਾ ਜੀ ਕਰਿਓ ਕਿਹਾ ਤਾਂ ਉਹਨਾਂ ਨੇ ਠੀਕ ਹੈ ਜੀ ਵਾਹ ਓਏ ਉਹ ਗੱਲ ਤਾਂ ਐ ਜੀ ਬਈ ਚਲੋ ਉਹਨਾਂ ਨੇ ਤੁਹਾਨੂੰ ਕਹਿ ਤੇ ਆ ਬਈ ਇੱਕ ਕਹਿੰਦਾ ਵੀ ਤੁਸੀਂ ਮੋਟੇ ਐ ਦੂਆ ਕਹਿੰਦਾ ਤੁਹਾਨੂੰ ਵੱਢ ਕੇ ਕੱਢ ਲੂੰਗੇ ਸਰਪੰਚ ਸਾਹਿਬ ਮੇਰਾ ਤਾਂ ਕਹਿਣਾ ਐ ਜੀ ਵੀ ਤੁਹਾਡਾ ਢਿੱਡ ਐਡਾ ਜੀ ਜੇ ਕੱਲ ਨੂੰ ਤੁਸੀਂ ਮਰ ਵੀ ਗਏ ਨਾ ਤੁਹਾਨੂੰ ਕੱਢੂਗੇ ਨਾ ਵੱਢੂਗੇ ਤੇ ਤੁਹਾਨੂੰ ਅਸੀਂ ਕਮਰੇ 'ਚ ਫੂਕ ਦਈਏ ਜੀ